ਸਤਰੀਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਅਤੇ ਦੁਨੀਆਪਰ ਦੇ ਆਡੀਓ ਪ੍ਰਾਈਮ ਟਾਈਮ ਦੇ ਵਿੱਚ ਮੈਂ ਹਰ ਸ਼ਰਨ ਕੌਰ ਅੱਜ ਦੇ ਬੁਲੇਟਨ ਦੇ ਵਿੱਚ ਸਭ ਤੋਂ ਵੱਡੀ ਖਬਰ ਪੰਜਾਬ ਤੋਂ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਰ ਵਿਦਿਆਰਥੀ ਲਈ ਮੁਫਤ ਪੜ੍ਹਾਈ ਦਾ ਐਲਾਨ ਕਰ ਦਿੱਤਾ ਹੈ ਅੰਮ੍ਰਿਤਸਰ ਦੇ ਵਿੱਚ 1984 ਸਿੱਖ ਕਤਲੇਆਮ ਦੇ ਇੱਕ ਦੋਸ਼ੀ ਕਾਂਗਰਸੀ ਲੀਡਰ ਜਗਦੀਸ਼ ਟਾਇਟਲਰ ਦੇ ਫਲੈਕਸ ਬੋਰਡ ਲਾਏ ਜਾਣ ਤੋਂ ਬਾਅਦ ਹੰਗਾਮਾ ਹੋ ਗਿਆ ਵੱਡੀ ਗੱਲ ਇਹ ਹੈ ਕਿ ਫਲੈਕਸ ਬੋਰਡ ਇੱਕ ਸਿੱਖ ਨਾਮ ਵਾਲੇ ਵਿਅਕਤੀ ਦੇ ਵੱਲੋਂ ਲਾਈ ਗਏ ਪੰਜਾਬ ਦੇ ਵਿੱਚ ਇੱਕ ਕੈਬਨਿਟ ਮੰਤਰੀ ਜੀ ਪਿਛਲੇ 3 ਦਿਨਾਂ ਤੋਂ ਸਿਹਤ ਖਰਾਬ ਹੋਣ ਦੇ ਬਾਵਜੂਦ ਆਜ਼ਾਦੀ ਦਿਹਾੜੇ ਦੇ ਸਮਾਗਮਾਂ 'ਚ ਵੀ ਸ਼ਾਮਿਲ ਹੋ ਗਏ ਤੇ ਬੱਚਿਆਂ ਨੂੰ ਵੀ ਮਿਲੇ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ ਤੇ ਹੁਣ ਪ੍ਰਸ਼ਾਸਨ ਨੂੰ ਭਾਜਣਾ ਪੈ ਗੀਆਂ ਨੇ ਕੈਪਟਨ ਸਾਹਿਬ ਇੱਕ ਮੁੱਦੇ ਦੇ ਉੱਤੇ ਕਸੂਤੇ ਫਸ ਗਏ ਨੇ ਕਿਸਾਨਾਂ ਦੀ ਬਿਜਲੀ ਸਬਸਿਡੀ ਦੇ ਮੁੱਦੇ ਤੇ ਹੁਣ ਕੈਪਟਨ ਸਾਹਿਬ ਫੈਸਲਾ ਕੀ ਲੈਣਗੇ ਇਹ ਵੀ ਪਤਾ ਲੱਗ ਜਾਣਾ ਕਿਉਂਕਿ ਵੱਡੇ ਵੱਡੇ ਵਾਅਦੇ ਉਹ ਕਰ ਰਹੇ ਨੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਵਿਰੋਧ 'ਚ ਫੈਸਲਾ ਲੈਣਗੇ ਤਾਂ ਵੀ ਕੜਿੱਕੀ ਦੇ ਵਿੱਚ ਫਸ ਜਾਣਗੇ ਪੰਜਾਬ ਦੀਆਂ ਖਬਰਾਂ ਤਾਂ ਤੋਂ ਬਾਅਦ ਭਾਰਤ ਦੀਆਂ ਅਹਿਮ ਖਬਰਾਂ ਦੇ ਵਿੱਚ ਭਾਰਤ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੁੱਦੇ ਨੂੰ ਲੈ ਕੇ ਛੇੜ ਦਿੱਤਾ ਹੈ ਅਮਰੀਕਾ ਦੇ ਰਾਸ਼ਪਤੀ ਡੋਨਲਡ 트럼ਪ ਕਹਿੰਦੇ ਨੇ ਕਿ ਰੂਸ ਦੀ ਜਿਹੜੀ ਕਰੋਨਾ ਦੀ ਦਵਾਈ ਬਣਾਈ ਹੈ ਇਨਸਾਨਾਂ ਤੇ ਤਾਂ ਕੀ ਅਸੀਂ ਉਹਨੂੰ ਬਾਂਦਰਾਂ ਤੇ ਵੀ ਟੈਸਟ ਨਹੀਂ ਕਰਾਂਗੇ ਤੇ ਆਪ ਵੀ ਦਵਾਈ ਬਣਾਉਣ ਦਾ ਦਾਵਾ ਕਰ ਦਿੱਤਾ ਕਿ ਜਲਦੀ ਲਿਆਵਾਂਗੇ ਆਸਟ੍ਰੇਲੀਆ ਵੀ ਪਿੱਛੇ ਨਹੀਂ ਰਿਹਾ ਆਸਟ੍ਰੇਲੀਆ ਨੇ ਵੀ ਕਿਹਾ ਕਿ ਅਸੀਂ ਵੀ ਜਲਦੀ ਵੈਕਸੀਨ ਲਿਆ ਰਹੇ ਹਾਂ ਤੁਸੀਂ ਘਬਰਾਓ ਨਾ ਪੰਜਾਬ ਭਾਰਤ ਅਤੇ ਦੁਨੀਆ ਭਰ ਦੀ ਕਰੋਨਾ ਵਾਇਰਸ ਅਪਡੇਟ ਜਾਣ ਲਈਏ ਤਾਂ ਸਭ ਤੋਂ ਪਹਿਲਾਂ ਭਾਰਤ ਦੀ ਗੱਲ ਕਰਦੇ ਹਾਂ ਜਿੱਥੇ ਸਾਬਕਾ ਭਾਰਤੀ ਕ੍ਰਿਕਟਰ ਤੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੇਤਨ ਚੋਹਾਨ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ਉਹਨਾਂ ਦੇ ਛੋਟੇ ਭਰਾ ਪੁਸ਼ਪਿੰਦਰ ਚੋਹਾਨ ਨੇ ਇਸ ਹਰੀ ਦਿੰਦੀ ਹੈ ਸਾਬਕਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਦੀ ਸਿਹਤ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਹੈ ਹਾਲੇ ਵੀ ਵੈਂਟੀਲੇਟਰ ਤੇ ਨੇ ਭਾਰਤ ਵਿੱਚ 25 ਲੱਖ 90 ਹਜ਼ਾਰ ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਹੋ ਚੁੱਕੇ ਨੇ ਤੇ 50 ਹਜ਼ਾਰ ਨੂੰ ਪਾਰ ਕਰ ਗਈ ਹੈ ਮੌਤਾਂ ਦੀ ਗਿਣਤੀ ਇੱਕ ਦਿਨ ਦੇ ਵਿੱਚ 68 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿੱਚ ਕਰੋਨਾ ਦੇ ਕਾਰਨ ਮੌਤ ਦਰ ਹੁਣ 2 ਫੀਸਦੀ ਤੋਂ ਵੀ ਥੱਲੇ ਆ ਗਈ ਹੈ 1.93 ਫੀਸਦੀ ਰਹਿ ਗਈ ਹੈ ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ WHO ਨੇ ਦੱਸਿਆ ਕਿ ਇੱਕ ਦਿਨ ਵਿੱਚ 294 1000 ਤੋਂ ਵੱਧ ਮਾਮਲੇ ਆਏ ਨੇ ਰਿਕਾਰਡ ਮਾਮਲੇ ਨੇ ਅਜ ਤੱਕ ਇਹਨੇ ਇੱਕ ਦਿਨ ਦੇ ਵਿੱਚ ਪਹਿਲਾ ਨਹੀਂ ਆਇਆ ਪੂਰੀ ਦੁਨੀਆ ਦੇ ਵਿੱਚ 2 ਕਰੋੜ 14 ਲੱਖ ਤੋਂ ਵੱਧ ਮਾਮਲੇ ਹੋ ਚੁੱਕੇ ਨੇ ਤੇ 771183 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਭ ਤੋਂ ਵੱਧ ਪ੍ਰਭਾਵਿਤ ਹੈ ਅਮਰੀਕਾ ਪੰਜਾਬ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ ਚ ਮੌਤਾਂ ਦੀ ਗਿਣਤੀ 800 ਦੇ ਨੇੜੇ ਪਹੁੰਚਣ ਵਾਲੀ ਹੈ ਤੇ ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 30000 ਪਾਰ ਕਰ ਗਈ ਹੈ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 19000 ਹੋਣ ਵਾਲੀ ਹੈ ਤੇ ਐਕਟਿਵ ਕੇਸ ਨੇ ਜਿਹੜੇ ਉਹ 11000 ਦੇ ਨੇੜੇ ਪਹੁੰਚਣ ਵਾਲੇ ਨੇ ਪੰਜਾਬ ਦੀਆਂ ਖਾਸ ਕਮਰਾ ਤੋ ਪਹਿਲਾ ਮੌਸਮ ਦਾ ਹਾਲ ਜਾਣ ਲਈਏ 16 ਅਗਸਤ ਨੂੰ ਪੰਜਾਬ ਚ ਵੱਧ ਤੋਂ ਵੱਧ ਤਾਪਮਨ 34 ਡਿਗਰੀ ਤੇ ਘੱਟ ਤੋਂ ਘੱਟ 27 ਡਿਗਰੀ ਰਹੇਗਾ। ਮੋਹਾਲੀ ਦੇ ਵਿੱਚ ਸਾਰਾ ਦਿਨ ਧੁੱਪ ਚਾਏ ਰਹਿਣ ਦਾ ਅੰਦਾਜ਼ਾ ਹੈ। ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਅਮਰitsar, ਪਠਾਨਕੋਟ, ਹੁਸ਼ਿਆਰਪੁਰ, ਸੰਗਰੂਰ ਤੇ ਤਰਨਤਾਰਨ ਦੇ ਵਿੱਚ ਸਾਰਾ ਦਿਨ ਬੱਦਲਵਾਏ ਛਾਏ ਰਹਿਣ ਦਾ ਅੰਦਾਜ਼ਾ ਹੈ। ਪਟਿਆਲਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਮੁਕਸਰ, ਬਠਿੰਡਾ, ਫਰੀਦਕੋਟ ਦੇ ਵਿੱਚ ਬਾਅਦ ਦੁਪਹਿਰ ਬੱਦਲਵਾਏ ਛਾਏ ਜਾਣ ਦੀ ਸੰਭਾਵਨਾ ਹੈ। ਮਾਨਸਾ ਦੀ ਗੱਲ ਕਰ ਲਈ ਤਕਮੀ ਨਹੀਂ ਪਿਆ ਉਥੇ ਲੋਕ ਕਹਿ ਰਹੇ ਨੇ ਕਿ ਸੋਕੇ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਗਰਮੀ ਅੱਤ ਦੀ ਪੈ ਰਹੀ ਹੈ ਤੇ ਮੀਂਹ ਹੈ ਜਿਹੜਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਾਵੇਂ ਪੈ ਰਿਹਾ ਹੈ ਰੁਕਣ ਤੋਂ ਬਾਅਦ ਕੁਝ-ਕੁਝ ਦਿਨਾਂ ਤੋਂ ਬਾਅਦ ਮੁਹਾਲੀ ਦੇ ਵਿੱਚ ਬੜਾ ਮੀਂਹ ਪਿਆ ਹੈਗਾ ਪਰ ਮਾਨਸਾ ਦੇ ਵਿੱਚ ਸੁੱਕੇ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਇੱਥੇ ਕਿਸਾਨ ਨੇ ਜਿਹੜੇ ਉਹ ਤਾਂ ਜੂਝ ਹੀ ਰਹੇ ਨੇ ਮੀਂਹ ਦੀ ਕਮੀ ਦੇ ਨਾਲ ਪਰ ਲੋਕ ਨੇ ਜਿਹੜੇ ਉਹ ਵੀ ਅੱਤ ਦੀ ਗਰਮੀ ਦੇ ਵਿੱਚ ਜੂਝ ਰਹੇ ਨੇ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਵੱਡਾ ਐਲਾਨ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲਾਂਕਿ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਰ ਵਿਦਿਆਰਥੀ ਦੀ ਪੜ੍ਹਾਈ ਮੁਫਤ ਹੋਵੇਗੀ ਹੁਣ ਯਾਨੀ ਕਿ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਹਰ ਵਿਦਿਆਰਥੀ ਲੜਕੀ ਲੜਕਾ ਸਭ ਦੀ ਪੜ੍ਹਾਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਦਿੱਤੀ ਜਾਏਗੀ ਕਿਸੇ ਵੀ ਵਿਦਿਆਰਥੀ ਤੋਂ ਫੀਸ ਨਹੀਂ ਵਸੂਲੀ ਜਾਏਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਹ ਨੋਟੀਫਿਕੇਸ਼ਨ ਕੱਢਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਹਰ ਵਿਦਿਆਰਥੀ ਦੀ ਪੜ੍ਹਾਈ ਹੈ ਜਿਹੜੀ ਉਹ ਮੁਫਤ ਹੋਵੇਗੀ ਪਹਿਲਾਂ ਜਿਹੜੀ ਵਿਦਿਆਰਥੀਆਂ ਦੀ ਫੀਸ ਖਜ਼ਾਨੇ ਵਿੱਚ ਜਮਾ ਹੁੰਦੀ ਸੀ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਹੁਣ ਜਮਾ ਨਹੀਂ ਹੋਵੇਗੀ ਹਾਲਾਂਕਿ ਇਹ ਨਿਸਪਸ਼ਟ ਹੈ ਕਿ ਸਿਰਫ ਕੋਰੋਨਾ ਵਾਇਰਸ ਦੇ ਦੌਰ ਲਈ ਹੈ ਜਾਂ ਸਦਾ ਦੇ ਲਈ ਹੈ ਪਰ ਇੱਕ ਵੱਡੀ ਖਬਰ ਹੈ ਇੱਕ ਚੰਗੀ ਖਬਰ ਹੈ ਜ਼ਿਲ੍ਹਾ ਰੂਪਨਗਰ ਦੇ ਵਿੱਚ ਨਜਾਇਜ਼ ਮਾਈਨਿੰਗ ਮਾਮਲਿਆਂ ਨੂੰ ਲੈ ਕੇ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਵਾਗਤ ਕੀਤਾ ਚੀਮਾ ਨੇ ਕਿਹਾ ਕਿ ਮਾਮਲਾ ਸਿਰਫ ਰੂਪੜ ਤੱਕ ਹੀ ਸੀਮਤ ਨਹੀਂ ਹੈ ਬਲਕਿ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਵਿੱਚ ਵਸੂਲੇ ਜਾ ਰਹੇ ਗੁੰਡਾ ਟੈਕਸ ਨੂੰ ਵੀ ਸੀਬੀਆਈ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਤਾਂ ਜੋ ਇਸ ਮਾਮਲੇ ਵਿੱਚ ਸ਼ਾਮਲ ਅਫਸਰਾਂ ਅਤੇ ਹੋਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਗਲੀ ਖਬਰ ਪੰਜਾਬ ਦੇ ਸਹਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਹੈ ਜਿੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੁਣ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਹੁਣ ਇਸ ਹਵਾਈ ਅੱਡੇ ਤੋਂ ਚੇਨਈ ਜੈਪੁਰ ਤੇ ਲਖਨਊ ਵਿਚਾਲੇ ਹਵਾਈ ਸੰਪਰਕ ਵਧਾ ਦਿੱਤਾ ਗਿਆ ਯਾਨੀ ਕਿ ਇੱਥੋਂ ਲਈ ਵੀ ਹੁਣ ਘਰੇਲੂ ਫਲਾਈਟਾਂ ਸ਼ੁਰੂ ਜਾਣ ਗਿਆ IndiGo ਨੇ ਇਹਨਾਂ ਰੂਟਾਂ ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ IndiGo ਦੀ ਵੈਬਸਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਚੰਡੀਗੜ੍ਹ ਤੋਂ ਚੇਨਈ ਵਿਚਾਲੇ ਜਿਹੜੀ ਉਡਾਣ ਹੈ ਉਹ 16 ਅਗਸਤ ਸ਼ਾਮ ਤੋਂ ਸ਼ੁਰੂ ਹੋ ਚੁੱਕੀ ਹੈ ਜਦਕਿ ਜੈਪੁਰ ਦੀ ਫਲਾਈਟ 24 ਅਗਸਤ ਨੂੰ ਤੇ ਚੰਡੀਗੜ੍ਹ ਤੋਂ ਸ਼੍ਰੀਨਗਰ ਤੇ ਲਖਨਊ ਦੀ ਫਲਾਈਟ ਹੈ ਜਿਹੜੀ 25 ਅਗਸਤ ਤੋਂ ਸ਼ੁਰੂ ਹੋਵੇਗੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੋਂ ਦੇ ਮਜੀਠਾ ਰੋਡ ਉੱਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਫਲੈਕਸ ਬੋਰਡ ਲਾਏ ਗਏ ਇਹਨਾਂ ਤੇ ਲਿਖਿਆ ਸੀ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਸਾਭਕਾ ਮੰ ਹਾਲ ਹੀ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਜਗਦੀਸ਼ ਟਾਈਟਲਰ ਦੇ ਇਹ ਫਲੈਕਸ ਬੋਰਡ ਲੱਗੇ ਦੇਖਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਪੜਕੁਠੇ ਸਿੱਖ ਜਥੇਬੰਦੀਆਂ ਨੇ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਫਲੈਕਸ ਬੋਰਡ ਕਿਸੇ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਦੇ ਵੱਲੋਂ ਲਾਏ ਗਏ ਸੀ ਸਿੱਖ ਭਾਈਚਾਰੇ ਦੇ ਮੁਤਾਬਿਕ ਸਿੱਖ ਧਰਮ ਦੀਆਂ ਭਾਵਨਾਵਾਂ pèceਾਈਆਂ ਗਈਆਂ ਨੇ ਕਿਉਂਕਿ ਜਗਦੀਸ਼ ਟਾਈਟਲਰ ਉਹ ਵਿਅਕਤੀ ਹੈ ਜਦੋਂ ਦਿੱਲੀ ਦੇ ਵਿੱਚ 1984 ਦੇ ਵਿੱਚ ਸਿੱਖਾਂ ਦਾ ਵੱਡੀ ਗਿਣਤੀ ਵਿੱਚ ਕਤਲੇਆਮ ਹੋਇਆ ਸੀ ਤਈ ਮੋਰੀ ਸੀ ਕਾਂਗਰਸ ਲੀਡਰ ਹੈ ਤੇ ਮੋਰੀ ਭੂਮਿਕਾ ਇਸਨੇ ਨਿਭਾਈ ਸੀ ਕਿੰਨੇ ਹੀ 1984 ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਇਹ ਫਸਿਆ ਹੋਇਆ ਤੇ ਫੇਰ ਵੀ ਅਜਿਹੇ ਬੋਰਡ ਲਾਏ ਜਾਣੇ ਜਾਣਬੁੱਝ ਕੇ ਸਿੱਖਾਂ ਨੂੰ ਛੇੜਨ ਵਾਲੀ ਗੱਲ ਸੀ ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਟਿਊਬਵੱਲਾਂ ਦੇ ਲਈ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਮੁੱਦੇ ਦੀ ਦਰਅਸਲ ਹੁਣ ਚਰਚਾ ਹੋ ਰਹੀ ਹੈ ਕਿ ਕਿਸਾਨਾਂ ਦੇ ਲਈ ਮੁਫਤ ਬਿਜਲੀ ਦੀ ਸਹੂਲਤ ਖਤਮ ਕੀਤੀ ਜਾ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੇ ਰਹਿੰਦੇ ਮੁਫਤ ਬਿਜਲੀ ਦੀ ਸਹੂਲਤ ਬੰਦ ਨਹੀਂ ਹੋਵੇਗੀ ਪਰ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ ਦਰਅਸਲ ਕੈਪਟਨ ਦੇ ਵੱਲੋਂ ਆਰਥਿਕਤਾ ਨੂੰ ਪੱਟਦੀ ਤੇ ਚਾੜਨ ਦੇ ਲਈ ਇੱਕ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਅਰਥਸ਼ਾਸਤਰੀ ਪ੍ਰਸਿੱਧ ਮੌਨਟੇਕ ਸਿੰਘ ਆਲੂਵਾਲੀਆ ਵੀ ਹੈਗੇ ਨੇ ਤੇ ਉਹਨਾਂ ਨੇ ਹੀ ਕੈਪਟਨ ਸਾਹਿਬ ਨੂੰ ਇਹ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਬੰਦ ਕੀਤੀ ਜਾਵੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਲਜ਼ਾਮ ਲਾਇਆ ਹੈ ਕਿ ਮੌਨਟੇਕ ਸਿੰਘ ਆਲੂਵਾਲੀਆ ਦੀ ਰਿਪੋਰਟ ਜ਼ਰਬ ਬੈਂਕ ਨੂੰ ਖੁਸ਼ ਕਰਨ ਦੇ ਲਈ ਲਿਆਂਦੀ ਗਈ ਹੈ ਉਹਨਾਂ ਨੇ ਕਿਹਾ ਕਿ ਆਲੂਵਾਲੀਆ ਕਿਸੇ ਵੇਲੇ ਵਿਸ਼ਵ ਬੈਂਕ ਦੇ ਕਰਮਚਾਰੀ ਰਹੇ ਨੇ ਉਸਨੇ ਸਾਰੀ ਉਮਰ ਅਮੀਰ ਜ਼ਾਦਿਆਂ ਵਾਂਗ guzari ਹੈ ਨਾ ਤਾਂ ਗਰੀਬ ਤੇ ਨਾ ਹੀ ਕਿਸਾਨੀ ਜੀਵਨ ਬਾਰੇ ਉਹਨਾਂ ਨੂੰ ਕੋਈ ਗਿਆਨ ਹੈ ਵਿਸ਼ਵ ਬੈਂਕ ਦੀਆਂ ਨੀਤੀਆਂ ਲਾਗੂ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਰਾਜਵਾਲ ਨੇ ਕਿਹਾ ਕਿ ਲੋੜ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਸਪਸ਼ਟਕਰਨ ਲੈਣ ਦੀ ਹੈ ਜਿਨ੍ਹਾਂ ਨੇ ਆਲੂਵਾਲੀਆ ਦੀ ਅਗਵਾਈ ਵਿੱਚ ਸਲਾਹ ਲੈਣ ਦੇ ਲਈ ਕਮੇਟੀ ਬਣਾਈ ਹਾਲਾਂਕਿ ਮੋਨਟੇਕ ਸਿੰਘ ਆਲੂਵਾਲੀਆ ਨੇ ਇਹ ਸਿਰਫ ਸਲਾਹ ਦਿੱਤੀ ਹੈ ਕੈਪਟਨ ਸਾਹਿਬ ਨੂੰ ਕੈਪਟਨ ਸਾਹਿਬ ਨੇ ਇਸ ਤੇ ਕੋਈ ਹਾਲੇ ਫੈਸਲਾ ਨਹੀਂ ਲਿਆ ਤੇ ਪਿਛਲੇ ਕਈ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਜਦੋਂ ਅਕਾਲੀ ਦਲ ਨੇ ਮੁੱਦਾ ਚੁੱਕਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਅਸੀਂ ਖਤਮ ਨਹੀਂ ਕਰਾਂਗੇ ਇਹ ਜਿਹੜੀ ਬਿਜਲੀ ਸਬਸਿਡੀ ਹੈ ਉਹ ਅਕਾਲੀ ਸਰਕਾਰ ਦੇ ਵੇਲੇ ਪੰਜਾਬ ਦੇ ਵਿੱਚ ਲਿਆਂਦੀ ਗਈ ਸੀ ਸ਼ੁਰੂ ਕੀਤੀ ਗਈ ਸੀ ਸੁਖਬੀਰ ਬਾਦਲ ਨੇ ਵੀ ਚੇਤਾਵਨੀ ਦਿੱਤੀ ਸੀ 2-3 ਦਿਨ ਪਹਿਲਾਂ ਕੈਪਟਨ ਸਾਹਿਬ ਨੂੰ ਕਿ ਉਹ ਆਲੂ ਵਾਲੀਆ ਦੀ ਜਿਹੜੀ ਸਲਾਹ ਹੈ ਉਸ ਨੂੰ ਨਾ ਮੰਨਣ ਨਹੀਂ ਤਾਂ ਅਸੀਂ ਵੱਡਾ ਅੰਦੋਲਨ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਹੁਣ ਕੈਪਟਨ ਸਾਬ ਦੇ ਪਾਲੇ ਦੇ ਵਿੱਚ ਗੇਂਦ ਹੈ ਉਹ ਕੜਿੱਕੀ ਦੇ ਵਿੱਚ ਇੱਕ ਤਰੀਕੇ ਨਾਲ ਫਸੇ ਹੋਏ ਨੇ ਕਮੇਟੀ ਉਹਨਾਂ ਨੇ ਇਹ ਆਪ ਬਣਾਈ ਹੈ ਵੱਡੇ ਸਿਆਸੀ ਮਾਹਿਰਾਂ ਦੀ ਇਹਦੇ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੀ ਅਗਵਾਈ ਲੈਣ ਦਾ ਵੀ ਐਲਾਨ ਕੀਤਾ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਇਸ ਦੀ ਮਨਜ਼ੂਰੀ ਵੀ ਦਿੱਤੀ ਸੀ ਸੋ ਇੰਨੇ ਵੱਡੇ ਮਾਹਿਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਉਹਦੀ ਸਲਾਹ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ ਤਾਂ ਵੀ ਫਸਦੇ ਨੇ ਤੇ ਜੇ ਉਹ ਮੰਨਦੇ ਨੇ ਤਾਂ ਵੀ ਫਸਣਗੇ ਕਿਉਂਕਿ ਕਿਸਾਨਾਂ ਦਾ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ ਤੇ ਅਕਾਲੀ ਦਲ ਦਾ ਵੀ ਵੱਡਾ ਅੰਦੋਲਨ ਹੋ ਸਕਦਾ ਹੈ ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਖਾਦਾਂ ਦੀ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਤਜਵੀਜ਼ ਨੂੰ ਕੁੱਲ ਹਿੰਦ ਕਿਸਾਨ ਸੰਘਰਸ਼ਤਾਲ ਮੇਲ ਕਮੇਟੀ ਦੇ ਵਿੱਚ ਸ਼ਾਮਲ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਪਹਿਲਾਂ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਾਂਗੂ ਹੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ 85800 ਕਰੋੜ ਰੁਪਏ ਦੇ ਆਧਾਰ ਤੇ ਨਾ ਸਬਸਿਡੀਆਂ ਨੂੰ ਘਟਾਉਣ ਤੇ ਫਿਰ ਬੰਦ ਕਰਨ ਦੇ ਰੌਂ ਵਿੱਚ ਹੈ ਜਿਸ ਦਾ ਕਿਸਾਨ ਧਿਰਾਂ ਡਟ ਕੇ ਵਿਰੋਧ ਕਰਨਗੇ ਕਮੇਟੀ ਦੇ ਪੰਜਾਬ ਚੈਪਟਰ ਦੇ ਕਨਵੀਨਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 9 ਅਗਸਤ ਨੂੰ 1 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਉਹ ਅਸਲ ਦੇ ਵਿੱਚ ਕਿਸਾਨਾਂ ਦੇ ਲਈ ਨਾ ਤਾਂ ਆਰਥਿਕ ਸਹਿਯੋਗ ਹੈ ਤੇ ਨਾ ਹੀ ਕਰਜ਼ਿਆਂ ਤੋਂ ਰਾਤ ਦੇ ਲਈ ਐਲਾਨੀ ਗਈ ਰਕਮ ਹੈ ਸਗੋਂ ਇਹ ਚਾਰ ਕਿਸ਼ਤਾਂ ਵਿੱਚ ਦਿੱਤਾ ਜਾਣ ਵਾਲਾ ਲੋਨ ਹੈ ਜਿਹੜਾ ਕਾਰੋਬਾਰੀਆਂ ਵਪਾਰੀਆਂ ਤੇ ਖੇਤੀ ਤੇ ਜਿੰਸ ਵਪਾਰ ਵਿੱਚ ਲੱਗੇ ਘਰਾਣਿਆਂ ਨੂੰ ਕੋਲਡ ਸਟੋਰ ਕੋਲਡ ਸਟੋਰਾਂ ਦੀ ਲੜੀ ਸਲੋਸ ਤੇ ਗੁਣਵਿੱਤਾ ਦੇ ਲੀਜੈਂਡਸ ਨੂੰ ਛਾਂਟਣ ਤੇ ਭਰਨ ਦਾ ਟਾਂਚਾ ਜਿਹੜਾ ਖੜਾ ਕਰਨ ਦੇ ਲਈ ਦਿੱਤਾ ਜਾਊਗਾ ਸੋ ਇਹ ਕੋਈ ਰਾਹਤ ਲਈ ਰਕਮ ਨਹੀਂ ਹੈਗੀ ਇਹ ਸਿਰਫ ਇੱਕ ਲੋਨ ਹੈ ਜਿਹੜਾ ਕਿ ਚਾਰ ਕਿਸ਼ਤਾਂ ਵਿੱਚ ਦਿੱਤਾ ਜਾਊਗਾ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਦੀਆਂ 13 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ 17 ਅਗਸਤ ਨੂੰ ਬੁਲਾ ਲਈ ਗਈ ਹੈ ਜਿਸ ਦੌਰਾਨ ਸੰਘਰਸ਼ ਦੇ ਅਗਲੇ ਪੜਾਅ ਦੀ ਜਿਹੜੀ ਰੂਪਰੇਖਾ ਉਹ ਲਿਖੀ ਜਾਵੇਗੀ ਅਗਲੀ ਖਬਰ ਸੰਗਰੂਰ ਤੋਂ ਹੈ ਮਾਲਵੇ ਦੇ ਸੰਗਰੂਰ ਜ਼ਿਲ੍ਹੇ ਤੋਂ ਜਿੱਥੋਂ ਦੇ ਸ਼ਹਿਰ ਸੁਨਾਮ ਦੇ ਵਿੱਚ ਜਾਖਲ ਰੋਡ ਤੇ ਇੱਕ ਵਿਅਕਤੀ ਨੇ ਭਰੇ ਬਾਜ਼ਾਰ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਤੇ ਇਸ ਦਰਿੰਦੇ ਵਿਅਕਤੀ ਦੇ ਇੱਟਾਂ ਪੱਥਰ ਮਾਰ ਕੇ ਉਸ ਦੀ ਪਤਨੀ ਨੂੰ ਛੁਡਵਾਇਆ ਤੇ ਇਸ ਘਟਨਾ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਕਿ ਜਦੋਂ ਲੜਕੀ ਦੀ ਕੁੱਟਮਾਰ ਕਰ ਰਹੇ ਵਿਅਕਤੀ ਤੋਂ ਇਕੱਠੇ ਹੋਏ ਲੋਕਾਂ ਨੇ ਲੜਕੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਲੋਕਾਂ ਨੂੰ ਵੀ ਲਲਕਾਰਿਆ ਕਾਫੀ ਸਮਾਂ ਜਦੋਂ ਜਹਤ ਤੋਂ ਬਾਅਦ ਉਹਨਾਂ ਨੇ ਉਹਦੀ ਪਤਨੀ ਨੂੰ ਛੁਡਵਾਇਆ ਤੇ ਸ਼ਰਾਬੀ ਸੀ ਉਹ ਬੰਦਾ ਉਹਦੀ ਰੱਜ ਕੇ ਫਿਰ ਛਿੱਤਰ ਪਰੇਡ ਵੀ ਕੀਤੀ ਘਟਨਾ ਵਾਲੀ ਥਾਂ ਤੇ ਪੁਲਿਸ ਵੀ ਪਹੁੰਚੀ ਤੇ ਜਿਹੜੇ ਕੁੱਟਮਾਰ ਕਰਨ ਵਾਲਾ ਇਹ ਵਿਅਕਤੀ ਸੀਗਾ ਸਿਰਫ ਰਿਆ ਸੀਗਾ ਜਿਹੜਾ ਪਤੀ ਸੀ ਉਸ ਪਤਨੀ ਦਾ ਉਹਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਜਾਣਕਾਰੀ ਮੁਤਾਬਕ ਇਹ ਪਿੰਡ ਛਾਜਲੀ ਦਾ ਰਹਿਣ ਵਾਲਾ ਆਪਣੀ ਪਤਨੀ ਵੀਰਪਾਲ ਕੌਰ ਨੂੰ ਇੱਕ ਰੇੜੇ ਤੇ ਸੁਨਾਮ ਲੈ ਕੇ ਆਇਆ ਸੀ ਸੁਨਾਮ ਪਹੁੰਚ ਕੇ ਨੇ ਸ਼ਰਾਬ ਪੀ ਲਈ ਤੇ ਉਸ ਤੋਂ ਬਾਅਦ ਭਰੇ ਬਾਜ਼ਾਰ 'ਚ ਆਪਣੀ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਤੀ ਪਤਨੀ ਦੀ ਹਾਲਤ ਦੋਵਾਂ ਦੀ ਗੰਭੀਰ ਹੋ ਗਈ ਪਤਨੀ ਨੂੰ ਪਤੀ ਨੇ ਕੁੱਟਿਆ ਤੇ ਪਤੀ ਨੂੰ ਲੋਕਾਂ ਨੇ ਕੁੱਟਿਆ ਦੋਵਾਂ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਅਗਲੀ ਖਬਰ ਵੀ ਮਾਲਵਾ ਤੋਂ ਹੈ ਜਿੱਥੇ ਰਹਿਣ ਵਾਲੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਗੁਰਪ੍ਰੀਤ ਕਾਂਗੜ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ ਲੱਛਣ ਪਹਿਲਾਂ ਤੋਂ ਹੀ ਸੀਗੇ ਕਹਿੰਦੇ ਮੰਤਰੀ ਸਾਹਿਬ ਨੂੰ ਇਸ ਦੇ ਬਾਵਜੂਦ ਵੀ ਕਈ ਸਮਾਗਮਾਂ ਦੇ ਵਿੱਚ ਪਹੁੰਚੇ ਤੇ ਹੁਣ ਸਿਹਤ ਮੈਕਮੇ ਦੇ ਹੋਸ਼ ਉੱਡੇ ਹੋਏ ਨੇ ਪੰਜਾਬ ਸਰਕਾਰ ਦੇ ਮਾਲ ਮੁਰ ਵਸੀਬਾ ਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਤਬੀਅਤ ਹੈ ਜਿਹੜੀ ਪਿਛਲੇ 3 ਦਿਨਾਂ ਤੋਂ ਹੀ ਠੀਕ ਨਹੀਂ ਚੱਲ ਰਹੀ ਸੀ ਬੁਖਾਰ ਹੋਣ ਕਾਰਨ ਉਹਨਾਂ ਦਾ ਕਰੋਨਾ ਟੈਸਟ ਹੈ ਜਿਹੜਾ ਉਹ 15 ਅਗਸਤ ਨੂੰ ਕੀਤਾ ਗਿਆ ਸੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਗੁਰਪ੍ਰੀਤ ਕਾਂਗੜ ਸ਼ਨੀਵਾਰ ਨੂੰ ਮਾਨਸਾ ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪਤਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣ ਲਈ ਮੁੱਖ ਮਹਿਮਾਨ ਵਜੋਂ ਵੀ ਪਹੁੰਚੇ ਸੀ ਕਰੋਨਾ ਦੇ ਲੱਛਣ ਹੋਣ ਕਰਕੇ ਮਾਨਸਾ ਸਿਹਤ ਵਿਭਾਗ ਨੇ ਉਹਨਾਂ ਦੀ ਸੈਂਪਲਿੰਗ ਕੀਤੀ ਸੀ ਰਿਪੋਰਟ ਪੋਜ਼ਿਟਿਵ ਆਈ ਤੇ ਹੈਰਾਨੀ ਦੀ ਗੱਲ ਹੈ ਕਿ ਮਾਨਸਾ ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਗੁਰਪ੍ਰੀਤ ਕਾਂਗੜ ਲੋਕਾਂ ਨੂੰ ਵਰਤਨ ਦੀ ਹਦਾਇਤ ਤੇਰੇ ਸੀ ਪਰ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚ ਗਏ ਸਮਾਰਟ ਸਕੂਲ ਦੇ ਵਿੱਚ ਉਹਨਾਂ ਨੇ ਤਿਰੰਗਾ ਲਹਿਰਾਇਆ ਸਕੂਲੀ ਬੱਚਿਆਂ ਨੂੰ ਇਨਾਮ ਵੀ ਵੰਡੇ ਉਸ ਤੋਂ ਬਾਅਦ ਉਹ ਵਿਧਾਇਕ ਜਿਹੜੇ 나జర్ ਸਿੰਘ ਮਾਨਸ਼ਾਈਆ ਦੇ ਘਰ ਵੀ ਪਹੁੰਚੇ ਫਿਰ ਗਾਗੋਵਾਲ ਦੇ ਘਰੇ ਦੁਪਹਿਰ ਦਾ ਖਾਣਾ ਖਾਦਾ ਤੇ ਹੁਣ ਪ੍ਰਸ਼ਾਸਨ ਨੂੰ ਭਾਜਣਾ ਪੈ ਗਿਆ ਯਾਨੀ ਕਿ ਮੰਤਰੀ ਜੀ ਐਨੇ ਲੋਕਾਂ ਨੂੰ ਮਿਲੇ ਰਿਪੋਰਟ ਪੋਜ਼ਿਟਿਵ ਆਈ ਹੈ ਹੁਣ ਕੀ ਕਰਾਂਗੇ ਤੇ ਹੁਣ ਮੰਤਰੀ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਜਿੰਨੇ ਵੀ ਲੋਕ ਟ੍ਰੇਸ ਹੋ ਜਾਣਗੇ ਸਭ ਦੇ ਕੋਰੋਨਾ ਟੈਸਟ ਹੋਣਗੇ ਪਰ ਮੰਤਰੀ ਜੀ ਦੇ ਇਸ ਵਤੀਰੇ ਤੇ ਸਵਾਲ ਨੇ ਜਿਹੜੇ ਉਹ ਉਠ ਰਹੇ ਨੇ ਕਿ ਉਹਨਾਂ ਨੂੰ ਜੇ ਪਹਿਲਾਂ ਹੀ ਪਤਾ ਸੀ ਤਿੰਨ ਦਿਨਾਂ ਤੋਂ ਸਿਹਤ ਖਰਾਬ ਸੀ ਤਾਂ ਨਹੀਂ ਜਾਣਾ ਚਾਹੀਦਾ ਸੀ ਅਗਲੀ ਖਬਰ ਸਤਲੁਜ-ਯਮਨਾ ਲਿੰਕ ਨਹਿਰ ਦੇ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਦੇ 15 ਜਨਵਰੀ 2002 ਤੇ 4 ਜੂਨ 2004 ਦੇ ਹੁਕਮਾਂ ਦੇ ਮੁਤਾਬਿਕ ਕੇਂਦਰੀ ਪਾਣੀ ਦੇ ਵਸੀਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਸੱਦੀ ਹੈ 18 ਅਗਸਤ ਨੂੰ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰ ਆਈ ਹੈ ਕਿ ਇਹ ਬੈਠਕ ਸਿਖਰਲੀ ਅਦਾਲਤ ਵੱਲੋਂ 28 ਜੁਲਾਈ ਜਾਰੀ ਹਦਾਇਤਾਂ ਦੇ ਮੁਤਾਬਿਕ ਸੱਦੀ ਜਾ ਰਹੀ ਹੈ ਕੇਂਦਰੀ ਮੰਤਰੀ ਦੇ ਸੱਦੇ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਬੈਠਕ ਵਿੱਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਅਦਾਲਤ ਨੇ ਕਿਹਾ ਸੀ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਕੋਈ ਹੱਲ ਕੱਢ ਲੈਂਦੇ ਹੋ ਜੇ ਕੋਈ ਹੈ ਤਾਂ ਨਹੀਂ ਤਾਂ ਇੱਕ ਡਿਕਰੀ ਹੈ ਜਿਸ ਉੱਪਰ ਅਮਲ ਕਰਨਾ ਹੀ ਪਵੇਗਾ ਅਦਾਲਤ ਨੇ ਦੋਵਾਂ ਸੂਬਿਆਂ ਨੂੰ ਕਿਹਾ ਸੀ ਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਮਿਲ ਕੇ ਇਸ ਮਸਲੇ ਦਾ ਕੋਈ ਹੱਲ ਹੈ ਜਿਹੜਾ ਉਹ ਕੱਢ ਲੈਣ ਸੁਕੇਂਦਰੀ ਮੰਤਰੀ ਦੇ ਨਾਲ ਬੈਠਕ ਹੋਣ ਜਾ ਰਹੀ ਹੈ ਇਸ ਦੇ ਵਿੱਚ ਕੋਈ ਫੈਸਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਫਿਰ ਉਸੇ ਤਰ੍ਹਾਂ ਲਟਕਿਆ ਰਹਿੰਦਾ ਹੈ ਇਹ ਦੇਖਣਾ ਅਹਿਮ ਹੋਵੇਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਚੁੱਕੇ ਨੇ ਕਿ ਪੰਜਾਬ 1 ਇੰਚ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਵੇਗਾ ਜ਼ਾਹਿਰ ਤੌਰ ਤੇ ਪਾਣੀ ਹਰਿਆਣਾ ਦਾ ਹੈ ਹਰਿਆਣਾ ਜਿਹੜਾ ਇਸ ਦੇ ਉੱਤੇ ਹੱਕ ਜਮਾ ਰਿਹਾ ਹੈ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲ ਕੇ ਬਣਿਆ ਸੂਬਾ ਹੈ ਬੋਲੀ ਦੇ ਆਧਾਰ ਤੇ ਬਣੇ ਹੋਏ ਸੂਬੇ ਨੇ ਸੋ ਜਿੰਨਾ ਹੱਕ ਸੀ ਉਹਨਾਂ ਹਰਿਆਣਾ ਨੂੰ ਮਿਲ ਗਿਆ ਹੁਣ ਪੰਜਾਬ ਦਾ ਹੋਰ ਪਾਣੀ ਵੀ ਲਜਾਣ ਦੀ ਜਿਹੜੀ ਉਹ ਕੋਸ਼ਿਸ਼ ਹੈ ਉਹ ਹਰਿਆਣਾ ਕਰ ਰਿਹਾ ਹੈ ਹਰਿਆਣੇ ਦੇ ਜਿਹੜੇ ਲੀਡਰ ਨੇ ਵਕ ਵਕ ਪਾਰਟੀਆਂ ਦੇ ਸਮੇਂ-ਸਮੇਂ ਤੇ ਉਹ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਨੇ ਕਿ ਹਰਿਆਣੇ ਦਾ ਪਾਣੀ ਹੈ ਹਰਿਆਣਾ ਲੈ ਕੇ ਹੀ ਜਾਊਗਾ ਪਰ ਜਿਹੜਾ ਰਿਪੇਰੀਅਨ ਕਾਨੂੰਨ ਹੈ ਪਾਣੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਕਾਨੂੰਨ ਬਣਿਆ ਹੋਇਆ ਉਹਦੇ ਮੁਤਾਬਿਕ ਇਹ ਪਾਣੀ ਪੰਜਾਬ ਦੇ ਹੱਕ ਵਿੱਚ ਹੀ ਜਾਂਦਾ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਵਿੱਚ ਜਾਂਦੇ ਜਾਂਦੇ ਹਰਿਆਣਾ ਦੇ ਸਿਰਸਾ ਦੀ ਖਬਰ ਦੀ ਵੀ ਨਜ਼ਰ ਕਰ ਲੈਣੇ ਆ ਸਿਰਸਾ ਦੇ ਵਿੱਚ ਸੀਵਰੇਜ ਦੇ ਵਿੱਚ ਨੌਜਵਾਨ ਜਿਹੜਾ ਡਿੱਗਿਆ ਸੀ ਉਹ 90 ਘੰਟਿਆਂ ਬਾਅਦ ਵੀ ਲਾਪਤਾ ਹੈ ਜਦਕਿ ਦੂਸਰੇ ਨੌਜਵਾਨ ਦੀ 16 ਅਗਸਤ ਨੂੰ ਮੌਤ ਹੋ ਗਈ ਹੈ ਸਿਰਸਾ ਦੇ ਪਿੰਡ ਨਟਾਰ ਦੇ ਵਿੱਚ ਦੋ ਨੌਜਵਾਨ 12 ਅਗਸਤ ਨੂੰ ਉਸ ਵੇਲੇ ਸੀਵਰੇਜ ਵਿੱਚ ਡਿੱਗ ਪਏ ਸੀ ਜਦੋਂ ਉਹ ਖੇਤ ਨੂੰ ਪਾਣੀ ਲਾ ਰਹੇ ਸੀ ਪਾਣੀ ਬੰਦ ਹੋਣ ਕਾਰਨ ਉਹਨਾਂ ਨੇ ਸੀਵਰੇਜ ਦਾ ਟੱਕਣ ਉਕੇ ਵੇਖਿਆ ਤਾਂ बेहोश ਹੋ ਕੇ ਉਹਦੇ ਵਿੱਚ ਟਿਕ ਪਏ ਉਸ ਦੀ ਬਦਬੂ ਦੇ ਨਾਲ ਪਿੰਡ ਵਾਸੀਆਂ ਮੁਤਾਬਕ ਉਹ ਟੱਕਣ ਖੁੱਲਦਿਆਂ ਹੀ बेहोश ਹੋ ਗਏ ਸੀ ਇੱਕ ਨੌਜਵਾਨ ਨੂੰ ਤਾਂ ਕੱਢ ਲਿਆ ਗਿਆ ਸੀ ਪਰ ਉਸ ਦੀ ਵੀ ਅੱਜ ਮੌਤ ਹੋ ਗਈ ਹੈ ਪੂਰਨ ਚੰਦ ਹਸਪਤਾਲ ਦੇ ਵਿੱਚ ਦਾਖਲ ਸੀ ਪਰ ਆਪਣੀ ਜਾਨ ਨਹੀਂ ਬਚਾ ਸਕਿਆ ਪਰ 90 ਘੰਟਿਆਂ ਤੋਂ ਜ਼ਿਆਦਾ ਚੱਲੇ ਬਚਾਕাজ ਤੇ ਬਾਵਜੂਦ ਵੀ ਦੂਸਰੇ ਨੌਜਵਾਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ 12 ਅਗਸਤ ਦੀ ਸ਼ਾਮ 7 ਵਜੇ ਇਹ ਘਟਨਾ ਵਾਪਰੀ ਸੀ ਪਿੰਡ ਵਾਸੀਆਂ ਪ੍ਰਸ਼ਾਸਨ ਤੇ ਪੁਲਿਸ ਨੇ ਪੂਰਨ ਚੰਦ ਨੂੰ ਤਾਂ ਅਗਲੇ ਦਿਨ ਸਵੇਰੇ ਹੀ ਬਾਹਰ ਕੱਢ ਲਿਆ ਸੀ ਤੇ 13 ਅਗਸਤ ਨੂੰ ਪਿੰਡ ਚ ਫੌਜ ਪਹੁੰਚੀ ਬਚਾਅ ਕਾਰਜਾਂ ਵਿੱਚ ਜੁਟ ਗਈ 14 ਅਗਸਤ ਨੂੰ ਐਨ ਡੀ ਆਰ ਐਫ ਦੀ ਟੀਮ ਪਹੁੰਚ ਗਈ ਹਾਲੇ ਵੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ ਤੇ 16 ਅਗਸਤ ਨੂੰ ਪੂਰਨ ਚੰਦ ਦੀ ਮੌਤ ਹੋ ਗਈ ਸੀ ਪੂਰੇ ਪਾਰੇ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਉੱਤਰ ਪ੍ਰਦੇਸ਼ ਤੋਂ ਹੈ ਜਿੱਥੇ 13 ਸਾਲ ਦੀ ਦਲਿਤ ਲੜਕੀ ਦੇ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ 13 ਸਾਲ ਦੀ ਇੱਕ ਲੜਕੀ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਉਸ ਦੀ Laash ਗੰਨੇ ਦੇ ਖੇਤ ਵਿੱਚ ਸੁੱਟ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਲਖੀਮਪੁਰ ਖੀਰੀ ਦੀ ਪੁਲਿਸ ਦੇ ਮੁਤਾਬਕ ਈਸਾ ਨਗਰ ਥਾਣਾ ਇਲਾਕੇ ਦੇ ਪਕਰੀਆ ਪਿੰਡ ਦੀ ਇਹ ਘਟਨਾ ਹੈ। ਲੜਕੀ ਸ਼ੁੱਕਰਵਾਰ ਦੁਪਹਿਰ ਵਿੱਚ ਜੰਗਲ ਪਾਣੀ ਦੇ ਲਈ ਨਿਕਲੀ ਸੀ ਪਰ ਜਦੋਂ ਵਾਪਸ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰਿਵਾਰ ਵਾਲਿਆਂ ਦੇ ਨਾਲ ਪੁਲਿਸ ਨੇ ਪਹਾਲ ਸ਼ੁਰੂ ਕੀਤੀ ਤਾਂ ਬੱਚੀ ਦੀ Laash ਗੰਨੇ ਦੇ ਖੇਤ ਵਿੱਚੋਂ ਮਿਲੀ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਮਕਦਮਾ ਦਰਜ ਕਰ ਲਿਆ ਗਿਆ ਪਕਰੀਆ ਪਿੰਡ ਦੇ ਹੀ ਰਹਿਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਪੀ ਸਤੇਂਦਰ ਕੁਮਾਰ ਦੀ ਜਾਣਕਾਰੀ ਮੁਤਾਬਕ ਪੋਸਟਮਾਰਟਮ ਰਿਪੋਰਟ ਦੇ ਵਿੱਚ ਬੱਚੀ ਦੇ ਨਾਲ ਦੁਸ਼ਕਰਮ ਦੀ ਪੁਸ਼ਟੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ Laash ਬਹੁਤ ਹੀ ਖਰਾਬ ਹਲਤ ਦੇ ਵਿੱਚ ਮਿਲੀ ਸੀ ਅਤੇ ਦੁਸ਼ਕਰਮ ਕਰਨ ਤੋਂ ਬਾਅਦ ਉਸ ਦੇ ਨਾਲ ਬਹੁਤ ਹੀ ਬੇਰਹਿਮੀ ਦੇ ਨਾਲ ਪੇਸ਼ ਆਇਆ ਗਿਆ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਲੜਕੀ ਦੀਆਂ ਅੱਖਾਂ ਤੇ ਜ਼ਖਮ ਸੀ ਗਲੇ ਵਿੱਚ ਉਸੇ ਦਾ ਦੁਪੱਟਾ ਕੱਸਿਆ ਹੋਇਆ ਸੀ ਦੋਵੇਂ ਪੈਰ ਨੇ ਜਿਹੜੇ ਉਹ ਬੰਨੇ ਹੋਏ ਸੀ ਪਰ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਇਹਨਾਂ ਇਲਜ਼ਾਮਾਂ ਦਾ ਖੰਡਨ ਕਰ ਦਿੱਤਾ ਹੈ ਕਿ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਜ਼ਖਮ ਅਤੇ ਖਰੋਚ ਦੇ ਨਿਸ਼ਾਨ ਜ਼ਰੂਰ ਨੇ ਪਰ ਅੱਖਾਂ ਕੱਢਣ ਜਾਂ ਜੀਭ ਕੱਟਣ ਵਰਗੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਅਗਲੀ ਖਬਰ ਹੈ ਕਿ ਵੈਸ਼ਨੂ ਦੇਵੀ ਦੀ ਯਾਤਰਾ 5 ਮਹੀਨੇ ਬਾਅਦ ਸ਼ੁਰੂ ਹੋ ਰਹੀ ਹੈ ਹਾਲਾਂਕਿ ਮੰਦਰ ਦੇ 12 ਪੁਜਾਰੀ ਕੋਰੋਨਾ ਗ੍ਰਸਤ ਪਾਏ ਗਏ ਨੇ ਪਰ ਫਿਰ ਵੀ ਯਾਤਰਾ ਤੇ ਕੋਈ ਸਰ ਨਹੀਂ ਦਿਖ ਰਿਹਾ ਸਰਕਾਰ ਦੇ ਵੱਲੋਂ ਇਸ ਯਾਤਰਾ ਨੂੰ ਰੋਕ ਸੰਬੰਧੀ ਜਾਂ ਮੁਲਤਵੀ ਕੀਤੇ ਜਾਣ ਸੰਬੰਧੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਭਾਵੇਂ ਕਿ ਜਿਹੜੇ ਧਾਰਮਿਕ ਸਥਾਨ ਨੇ ਪੂਰੇ ਦੇਸ਼ ਦੇ ਵਿੱਚ ਖੋਲ ਦਿੱਤੇ ਗਏ ਨੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹਦਾਇਤਾਂ ਦੇ ਮੁਤਾਬਕ ਪਰ ਜੇ ਕਿਸੇ ਧਰਮ ਸਥਾਨ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਉਸ ਤੇ ਕਰੜਾ ਐਕਸ਼ਨ ਲੈਂਦੀ ਹੈ ਪਰ ਵੈਸ਼ਨੂ ਦੇਵੀ ਦੀ ਯਾਤਰਾ ਜਿੱਥੇ ਲੱਖਾਂ ਸ਼ਰਧਾਲੂ ਹਰ ਸਾਲ ਜਾਂਦੇ ਨੇ ਉੱਥੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਕਈ ਲੋਕ ਇਹ ਵੀ ਚਰਚਾ ਕਰਦੇ ਨੇ ਕਿ Hindu dharm ਦਾ ਸਥਾਨ ਹੋਣ ਕਰਕੇ ਸਰਕਾਰ ਇਸ ਤਰ੍ਹਾਂ ਦਾ ਭੇਦਭਾਵ ਕਰਦੀ ਹੈ ਜੇ ਕੋਈ ਹੋਰ ਧਰਮ ਸਥਾਨ ਹੁੰਦਾ ਤਾਂ ਸਰਕਾਰ ਕੋਈ ਸਖਤ ਐਕਸ਼ਨ ਜ਼ਰੂਰ ਲੈਂਦੀ 18 ਮਾਰਚ ਤੋਂ ਇਹ ਯਾਤਰਾ ਜਿਹੜੀ ਰੱਦ ਕਰ ਦਿੱਤੀ ਗਈ ਸੀ ਤੇ 5 ਮਹੀਨੇ ਬਾਅਦ ਹੁਣ 16 ਅਗਸਤ ਤੋਂ ਫਿਰ ਸ਼ੁਰੂ ਹੋ ਗਈ ਹੈ ਵੈਸ਼ਨੋ ਦੇਵੀ ਮੰਦਿਰ ਬੋਰਡ ਨੇ ਪਿਛਲੇ ਹਫ਼ਤੇ ਰੋਜ਼ਾਨਾ 2000 ਤੀਰਥ ਯਾਤਰੀਆਂ ਦੀ ਹੱਦ ਤੈ ਕੀਤੀ ਇਹਨਾਂ ਵਿੱਚੋਂ 1900 ਯਾਤਰੀ ਜੰਮੂ ਕਸ਼ਮੀਰ ਤੇ ਬਾਕੀ 100 ਯਾਤਰੀ ਬਾਹਰ ਤੋਂ ਹੋਣਗੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਤੇ ਉਸੇ ਮੁਤਾਬਿਕ ਫੈਸਲੇ ਲਏ ਜਾਣਗੇ ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਯਾਤਰਾ ਦੀ ਆਗਿਆ ਦਿੱਤੀ ਜਾਏਗੀ ਹਰ ਯਾਤਰੀ ਦੇ ਮੋਬਾਈਲ ਫੋਨ ਵਿੱਚ ਆਰੋਗਿਆ ਸੇਤੂ ਐਪ ਹੋਣੀ ਲਾਜ਼ਮੀ ਹੈ ਚਿਹਰੇ ਤੇ ਮਾਸਕ ਪਾਇਆ ਹੋਣਾ ਲਾਜ਼ਮੀ ਹੈ ਥਰਮਲ ਸਕਰੀਨਿੰਗ ਹਰ ਯਾਤਰੀ ਦੀ ਕੀਤੀ ਜਾਏਗੀ 10 ਸਾਲ ਤੋਂ ਘੱਟ ਉਮਰ ਦੇ ਬੱਚੇ ਗਰਭਤੀ ਔਰਤਾਂ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ اپیل ਕੀਤੀ ਗਈ ਹੈ ਭਾਰਤ ਦੇ ਵਿੱਚ ਜਲਦ 5G ਇੰਟਰਨੈਟ ਦਾ ਟਰਾਇਲ ਸ਼ੁਰੂ ਹੋਵੇਗਾ ਤੇ ਇਸ ਦੇ ਨਾਲ ਭਾਰਤ ਦੇ ਵਿੱਚ ਜਿਹੜੀ ਇੰਟਰਨੈਟ ਦੀ ਸਪੀਡ ਹੈ ਹੋਰ ਵੀ ਵੱਧ ਜਾਵੇਗੀ ਭਾਰਤ ਦੇ ਵਿੱਚ ਟੈਲੀਕਮ ਸੈਕਟਰ ਦੇ ਵਿੱਚ ਇੱਕ ਹੋਰ ਕਦਮ ਵਧਾਏ ਜਾਣ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਤੇ ਸਤੰਬਰ ਮਹੀਨੇ ਤੋਂ ਟ్రਾਇਲ ਦੀ ਸ਼ੁਰੂਆਤ ਕਰਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਦੂਰ ਸੰਚਾਰ ਵਿਭਾਗ ਕੰਪਨੀਆਂ ਨੂੰ ਸਪੈਕਟ੍ਰਮ ਉਪਲਬਧ ਕਰਵਾਉਣ ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਇਸ ਦਾ ਟ్రਾਇਲ ਕੀਤਾ ਜਾ ਸਕੇ ਹਾਲਾਂਕਿ ਸਪੈਕਟ੍ਰਮ ਦੀ ਨਿਲਾਮੀ ਹਾਲੇ ਨਹੀਂ ਹੋਵੇਗੀ ਕੰਪਨੀਆਂ ਨੂੰ ਘੱਟੋ ਘੱਟ 6 ਮਹੀਨਿਆਂ ਤੱਕ 5G ਡਿਵਾਈਸ ਤੇ ਸਪੈਕਟ੍ਰਮ ਦਾ ਟ్రਾਇਲ ਕਰਨਾ ਹੋਵੇਗਾ ਜੇਕਰ ਇਹ ਟ్రਾਇਲ ਸਫਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਅਗਲੇ ਸਾਲ 5G ਸਪੈਕਟ੍ਰਮ ਦੀ ਨਿਲਾਮੀ ਦੇ ਉੱਤੇ ਸਰਕਾਰ ਵਿਚਾਰ ਕਰੇਗੀ ਤੇ ਇਸ ਦੇ ਲਈ ਚੀਨੀ ਕੰਪਨੀਆਂ ਨੂੰ ਐਂਟਰੀ ਨਹੀਂ ਮਿਲੇਗੀ ਇਹ ਵੱਡੀ ਖਬਰ ਹੈ ਪੂਰਬੀ ਲਦਾਖ ਦੇ ਵਿੱਚ ਚੀਨ ਨਾਲ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਲਾਇਆ ਕਹਿੰਦੇ ਨੇ ਕਿ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਛੱਡ ਕੇ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤੀ ਫੌਜ ਦੀ ਸਮਰੱਥਾ ਉੱਤੇ ਭਰੋਸਾ ਹੈ 14 ਅਗਸਤ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਭਾਰਤ ਸਰਕਾਰ ਲਦਾਖ ਦੇ ਵਿੱਚ ਚੀਨੀ ਇਰਾਦਿਆਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ ਜ਼ਮੀਨੀ ਹਕੀਕਤ ਸੰਕੇਤ ਦੇ ਰਹੀ ਹੈ ਕਿ ਚੀਨ ਤਿਆਰੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਦੇ ਵਿਅਕਤੀਗਤ ਹੌਸਲੇ ਦੀ ਕਮੀ ਤੇ ਮੀਡੀਆ ਦੇ ਚੁੱਪ ਦੀ ਭਾਰਤ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ ਇਹ ਕਿਹਾ ਸੀ ਰਾਹੁਲ ਗਾਂਧੀ ਨੇ ਤੇ 14 ਅਗਸਤ ਤੋਂ ਪਹਿਲਾਂ 6 ਅਗਸਤ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਟਵੀਟ ਲਿਖਿਆ ਸੀ ਕਿਹਾ ਸੀ ਕਿ ਚੀਨ ਦਾ ਸਾਹਮਣਾ ਕਰਨਾ ਤਾਂ ਦੂਰ ਦੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਵਿੱਚ ਉਹਨਾਂ ਦਾ ਨਾਂ ਤੱਕ ਲੈਣ ਦਾ ਹੌਸਲਾ ਨਹੀਂ ਹੈ ਤੇ ਹੁਣ ਪ੍ਰਧਾਨ ਮੰਤਰੀ ਦੇ ਉੱਤੇ ਜਿਹੜਾ ਨਵਾਂ ਤੀਰ ਛੱਡਿਆ ਉਸ ਦੇ ਮੁਤਾਬਿਕ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਫੌਜ ਤੇ ਭਰੋਸਾ ਹੀ ਨਹੀਂ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਜਨਮ ਦਿਨ ਹੈ ਪਰ ਜਨਮ ਦਿਨ ਤੋਂ ਪਹਿਲਾਂ ਹੀ ਯਾਨੀ ਕਿ ਉਹਨਾਂ ਨੇ 15 ਅਗਸਤ ਨੂੰ ਹੀ ਟਵੀਟ ਕਰਕੇ ਆਪਣੇ ਸਾਰੇ ਸਮਰਥਕਾਂ ਤੋਂ ਵਰਕਰਾਂ ਤੋਂ ਇਹ ਅਪੀਲ ਕੀਤੀ ਸੀ ਕਿ ਹਾਂ ਸੀ ਕਿ ਮੈਂ ਆਪਣਾ ਜਨਮ ਦਿਨ ਨਹੀਂ ਮਨਾ ਰਿਹਾ ਸਭ ਨੂੰ ਅਪੀਲ ਹੈ ਮੇਰੇ ਘਰ ਵਧਾਈ ਦੇਣ ਨਾ ਆਉਣਾ ਪਰ ਗਿਫਟ ਦੇ ਵਿੱਚ ਤੁਸੀਂ ਆਕਸੀਮੀਟਰ ਦੇ ਸਕਦੇ ਹੋ ਕੇਜਰੀਵਾਲ ਨੇ ਕਿਹਾ ਕਿ ਇਹ ਆਕਸੀਮੀਟਰ ਤੁਸੀਂ ਆਪਣੇ ਪਿੰਡ ਜਾਂ ਆਪਣੇ ਇਲਾਕੇ ਦੇ ਵਿੱਚ ਮੁਹੱਈਆ ਕਰਵਾ ਸਕਦੇ ਹੋ ਉੱਥੇ ਤੁਸੀਂ ਆਕਸੀਜਨ ਕੇਂਦਰ ਸ਼ੁਰੂ ਕਰੋ ਸਾਰੇ ਕਾਰਕੁਨਾ ਸਮਰਥਕਾਂ ਡੋਨਰਸ ਨੂੰ ਅਪੀਲ ਕੀਤੀ ਅਰਵਿੰਦ ਕੇਜੀਵਾਲ ਨੇ ਕਿ ਅਸੀਂ ਯੋਜਨਾ ਬਣਾ ਰਹੇ ਹਾਂ ਕਿ ਜਿਆਦਾ ਤੋਂ ਜਿਆਦਾ ਪਿੰਡਾਂ ਵਿੱਚ ਇੱਕ ਇੱਕ ਵਿਅਕਤੀ ਨੂੰ ਇੱਕ ਇੱਕ ਆਕਸੀਮੀਟਰ ਦੇ ਕੇ ਉਸ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਦੇਸ਼ ਕਰੋਨਾ ਦੇ ਨਾਲ ਜੂਝ ਰਿਹਾ ਤੇ ਅਸੀਂ ਰਲ ਮਿਲ ਕੇ ਹੀ ਇਸ ਤੇ ਕਾਬੂ ਪਾਉਣਾ ਹੈ। ਹੁਣ ਗੱਲ ਕਰ ਲੈਨੇ ਆ ਸੋਨੇ ਦੇ ਭਾਅ ਦੀ। ਗਿਰਾਵਟ ਆਈ ਹੈ ਸੋਨੇ ਦੇ ਭਾਅ ਦੇ ਵਿੱਚ। ਹਾਲਾਂਕਿ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੀਆਂ ਸੀ ਸੋਨੇ ਦੀਆਂ ਕੀਮਤਾਂ ਪਰ ਪਿਛਲੇ ਦਿਨੀ ਸੋਨੇ ਦਾ ਭਾਅ 55000 ਰੁਪਏ ਪ੍ਰਤੀ 10 ਗ੍ਰਾਮ ਤੋਂ ਬਾਅਦ ਹੁਣ ਇਸ ਦੀ ਕੀਮਤ ਹੈ ਜਿਹੜੀ ਉਹ 51150 ਰੁਪਏ ਤੇ ਆ ਗਈ ਹੈ। ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੋਨੇ ਦੇ ਭਾਅ ਵਿੱਚ ਹੋਰ ਗਿਰਾਵਟ ਆਏਗੀ ਪਰ ਦੀਵਾਲੀ ਤੱਕ ਸੋਨੇ ਦਾ ਭਾਅ ਜਿਹੜਾ 80000 ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰੀਕਾ ਅਤੇ ਚੀਨ ਦੇ ਤਣਾਅਪੂਰਨ ਸਬੰਧਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵਾਂ ਐਲਾਨ ਕੀਤਾ ਹੈ ਕਿ ਉਹ ਅਲੀ ਬਾਬਾ ਸਮੇਤ ਚੀਨ ਦੀਆਂ ਹੋਰ ਦੂਜੀਆਂ ਕੰਪਨੀਆਂ ਤੇ ਵੀ ਰੋਕ ਲਾ ਸਕਦੇ ਨੇ ਯਾਨੀ ਕਿ ਜਿਵੇਂ ਪਹਿਲਾਂ ਉਹਨਾਂ ਨੇ ਟਿਕਟੌਕ ਸਮੇਤ ਹੋਰ ਕਈ ਐਪਸ ਤੇ ਰੋਕ ਲਾਈ ਹੈ ਉਸ ਤੋਂ ਬਾਅਦ ਹੁਣ ਨਵੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਉਹਨਾਂ ਤੇ ਵੀ ਰੋਕ ਲਾ ਸਕਦੇ ਨੇ ਅਮਰੀਕਾ ਦੇ ਵਿੱਚ ਰੂਸ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਰੂਸ ਨੇ ਆਪਣੀ ਵੈਕਸੀਨ ਦਾ ਪਹਿਲਾ ਬੈਚ ਬਣਾ ਲਿਆ ਹੈ ਤੇ ਹਰ ਮਹੀਨੇ 50 ਲੱਖ ਡੋਜ਼ਸ ਬਣ ਕੇ ਤਿਆਰ ਹੋਣਗੀਆਂ ਕੁਝ ਘੰਟੇ ਪਹਿਲਾਂ ਹੀ ਮੰਤਰਾਲੇ ਨੇ ਦੱਸਿਆ ਸੀ ਕਿ ਰੂਸ ਵਿੱਚ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਗਿਆ ਤੇ ਕੁਝ ਘੰਟਿਆਂ ਬਾਅਦ ਹੀ ਇਹ ਖਬਰ ਆ ਜਾਂਦੀ ਹੈ ਕਿ ਵੈਕਸਿਨ ਦਾ ਪਹਿਲਾ ਬੈਚ ਬਣਾ ਲਿਆ ਗਿਆ ਕੁਝ ਵਿਗਿਆਨਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਰੂਸ ਨੇ ਤੇਜ਼ੀ ਦੇ ਨਾਲ ਵੈਕਸਿਨ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਕੇ ਸਿਹਤ ਤੇ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਦੁਨੀਆ ਭਰ ਦੇ ਵਿੱਚ ਦੇਸ਼ ਕਈ ਦੇਸ਼ ਵੈਕਸਿਨ ਬਣਾਉਣ ਦੀ ਹੋੜ ਵਿੱਚ ਨੇ ਅਤੇ ਰੂਸ ਨੇ ਸਭ ਤੋਂ ਪਹਿਲਾਂ ਵੈਕਸਿਨ ਬਣਾਉਣ ਦਾ ਐਲਾਨ ਕਰਕੇ ਬਾਜ਼ੀ ਮਾਰਨ ਦਾ ਦਾਵਾ ਕੀਤਾ ਰੂਸ ਦਾ ਕਹਿਣਾ ਹੈ ਕਿ ਉਹਨਾਂ ਦੀ ਵੈਕਸਿਨ ਇਸੇ ਮਹੀਨੇ ਦੇ ਅੰਤ ਤੱਕ ਬਾਜ਼ਾਰ ਦੇ ਵਿੱਚ ਆ ਜਾਏਗੀ ਤੇ ਕਰੋਨਾ ਵਾਇਰਸ ਦੇ ਖਿਲਾਫ ਪਹਿਲੀ ਵੈਕਸੀਨ ਹੈ ਵੈਕਸੀਨ ਨੂੰ ਫੇਜ਼ 3 ਟਰਾਇਲ ਤੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਜਿਹੜੀ ਜਾਣਕਾਰੀ ਵੀ ਆ ਰਹੀ ਹੈ ਕਿ ਫੇਜ਼ 3 ਟਰਾਇਲ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵੈਕਸੀਨ ਦਾ ਪਰਖਣ ਕੀਤਾ ਜਾਂਦਾ ਹੈ ਤੇ ਇਸ ਟਰਾਇਲ ਨੂੰ ਵੈਕਸੀਨ ਦੇ ਉਤਪਾਦਨ ਦੇ ਲਈ ਮਨਜ਼ੂਰੀ ਮਿਲਣ ਦੇ ਲਈ ਬੇहद ਅਹਿਮ ਮੰਨਿਆ ਜਾਂਦਾ ਹੈ ਜਦਕਿ ਰੂਸ ਨੇ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਰੂਸ ਨੇ ਆਪਣੀ ਵੈਕਸੀਨ ਦਾ ਨਾਮ ਸਪੁਤਨਿਕ 5 ਰੱਖਿਆ ਹੈ ਅਮਰੀਕਾ ਬ੍ਰਾਜ਼ੀਲ ਤੇ ਭਾਰਤ ਕਰੋਨਾ ਤੋਂ ਸਭ ਤੋਂ ਵੱਧ ਪੀੜਤ ਨੇ ਪਰ ਅਮਰੀਕਾ ਤੇ ਬ੍ਰਾਜ਼ੀਲ ਨੇ ਰੂਸ ਦੀ ਵੈਕਸੀਨ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਭਾਰਤ ਨੇ ਵੀ ਰੂਸ ਦੀ ਵੈਕਸੀਨ ਇਸਤੇਮਾਲ ਕਰਨ ਨੂੰ ਲੈ ਕੇ ਅਧਿਕਾਰਿਕ ਰੂਪ ਦੇ ਵਿੱਚ ਤਾਂ ਕੁਝ ਨਹੀਂ ਕਿਹਾ ਪਰ ਇਸ ਤੇ ਭਰੋਸਾ ਨਾ ਜਤਾਉਣ ਦੇ ਕੁਝਕ ਬਿਆਨ ਸਾਹਮਣੇ ਆਏ ਨੇ ਫਿਲੀਪਿਨਸ ਦੇ ਰਾਸ਼ਪਤੀ ਰੋਡ੍ਰੀਗੋ ਨੇ ਜ਼ਰੂਰ ਕਿਹਾ ਕਿ ਉਹ ਰੂਸੀ ਵੈਕਸੀਨ ਤੇ ਪੂਰਾ ਭਰੋਸਾ ਕਰਦੇ ਨੇ ਤੇ ਉਹ ਇਸ ਦੀ ਵਰਤੋਂ ਕਰਨਗੇ ਆਪਣੇ ਮੁਲਕ ਦੇ ਵਿੱਚ ਤੇ ਜੇ ਅਮਰੀਕਾ ਦੀ ਗੱਲ ਕਰ ਲਈਏ ਤਾਂ ਅਮਰੀਕਾ ਨੇ ਤਾਂ ਰੂਸ ਵੱਲੋਂ ਤਿਆਰ ਕੀਤੀ ਵੈਕਸੀਨ ਸਪੁਤਨਿਕ 20 ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਇਨਸਾਨ ਤਾਂ ਦੂਰ ਦੀ ਗੱਲ ਅਸੀਂ ਇਸ ਦਵਾਈ ਦੀ ਵਰਤੋਂ ਬਾਂਦਰਾ ਉੱਤੇ ਵੀ ਨਹੀਂ ਕਰਾਂਗੇ ਰੂਸ ਦੀ ਵੈਕਸੀਨ ਨੂੰ ਅਮਰੀਕਾ ਨੇ ਅੱਧਾ ਅਧੂਰਾ ਮੰਨਿਆ ਵਾਈਟ ਹਾਊਸ ਦੇ ਪ੍ਰੈਸ ਕਤਰ ਕੈਲੇ ਮੈਕਨੀ ਨੇ ਕਿਹਾ ਕਿ ਰਾਸ਼ਪਤੀ ਡੋਨਲਡ 트੍ਰੰਪ ਨੂੰ ਰੂਸ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਟੀਕੇ ਨੂੰ ਸਖਤ ਤੀਜੀ ਟੈਸਟਿੰਗ ਪੜਾ ਤੇ ਉੱਚ ਮਿਆਰਾਂ ਵਿੱਚੋਂ ਲੰਘਣਾ ਪਵੇਗਾ ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਕੋਰੋਨਾ ਵਾਇਰਸ ਟੀਕੇ ਨਾਲ ਜੁੜੀ ਜਾਣਕਾਰੀ ਅਮਰੀਕਾ ਨਾਲ ਸਾਂਝੀ ਕਰਨ ਲਈ ਵੀ ਤਿਆਰ ਹੈ ਰੂਸ ਨੇ ਅਮਰੀਕਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਵੀ ਕਿਹਾ ਕਿ ਜੇ ਸਾਡੀ ਵੈਕਸੀਨ ਕੋਰੋਨਾ ਵਿਸ਼ਾਣੂ ਦੇ ਵਿਰੁੱਧ ਪ੍ਰਭਾਵਸ਼ਾਲੀ ਸਾਬਤ ਹੋਈ ਤਾਂ ਅਮਰੀਕਾ ਨੂੰ ਇਸ ਵਿਕਲਪ ਨੂੰ ਲੱਭਣ ਸ਼ਿਸ਼ ਨਾ ਕਰਨ ਦੇ ਲਈ ਸਵਾਲਾਂ ਦੇ ਘੇਰੇ ਵਿੱਚ ਵੀ ਲਿਆਂਦਾ ਜਾਵੇਗਾ 11 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਇਸ ਵੈਕਸੀਨ ਬਣਾਉਣ ਦਾ ਦਾਵਾ ਕੀਤਾ ਸੀ ਤੇ ਅਮਰੀਕਾ ਦੇ ਸੀਨੀਅਰ ਸਿਹਤ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਵੀ ਕਰੋਨਾ ਵੈਕਸੀਨ ਇਸ ਸਾਲ ਦੇ ਅੰਤ ਤੱਕ ਬਣਾਈ ਜਾਣ ਦੀ ਉਮੀਦ ਜਤਾਈ ਹੈ ਫਾਊਚੀ ਨੇ ਕਿਹਾ ਕਿ 1 ਸਾਲ ਦੇ ਅੰਦਰ ਬਣੀ ਅੱਧੀ ਪ੍ਰਭਾਵਸ਼ਾਲੀ ਵੈਕਸੀਨ ਦੁਨੀਆ ਨੂੰ ਮੁੜ ਸਧਾਰਨ ਦੀ ਸਥਿਤੀ ਵੱਲ ਲਿਆਉਣ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ ਵੈਕਸੀਨ ਆਮ ਲੋਕਾਂ ਤੱਕ ਪਹੁੰਚਣ ਲਈ 2021 ਤੱਕ ਦਾ ਸਮਾਂ ਲੱਗ ਸਕਦਾ ਹੈ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸੀ ਕਿ 3 ਨਵੰਬਰ ਨੂੰ ਚੋਣਾ ਤੱਕ ਇਹ ਵੈਕਸੀਨ ਤਿਆਰ ਹੋ ਸਕਦੀ ਹੈ ਹੋ ਸਕਦਾ ਹੈ ਕਿ ਰਾਸ਼ਟਰਪਤੀ ਇਸ ਨੂੰ ਚੋਣ ਹਥਿਆਰ ਬਣਾਉਣਾ ਚਾਹੁੰਦੇ ਹਨ ਤੇ ਅਮਰੀਕਾ ਤੋਂ ਬਾਅਦ ਜੇ ਗੱਲ ਕਰ ਲਈਏ ਹੋਰ ਮੁਲਕਾਂ ਦੀ ਤਾਂ ਆਸਟ੍ਰੇਲੀਆ ਨੇ ਵੀ ਕਿਹਾ ਹੈ ਕਿ ਘਬਰਾਓ ਨਾ 2021 ਵਿੱਚ ਕਰੋਨਾ ਵਾਇਰਸ ਦਾ ਇਲਾਜ ਮਿਲ ਜਾਵੇਗਾ ਯਾਨੀ ਕਿ ਆਸਟ੍ਰੇਲੀਆ ਵੀ ਰੂਸ ਦੀ ਵੈਕਸੀਨ ਦੇ ਉੱਤੇ ਭਰੋਸਾ ਨਹੀਂ ਕਰ ਰਿਹਾ ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਰਕਾਰ ਇੱਕ ਸਮਝੌਤਾ ਤੈਅ ਕਰਨ ਦੇ ਨੇੜੇ ਹੈ ਜਿਸ ਦੇ ਤਹਿਤ ਕਰੋਨਾ ਨਾਲ ਪ੍ਰਭਾਵਿਤ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਹੀ ਟੀਕਾ ਲਾਇਆ ਜਾ ਸਕੇਗਾ। ਸਿਹਤ ਮੰਤਰੀ ਗ੍ਰੇਗ ਹੰਟ ਨੇ ਉਮੀਦ ਜਤਾਈ ਹੈ ਕਿ 2021 ਤੱਕ ਆਸਟ੍ਰੇਲੀਆ ਵਿੱਚ ਕਰੋਨਾ ਦਾ ਟੀਕਾ ਤਿਆਰ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਅਸੀਂ ਕਈ ਕੰਪਨੀਆਂ ਦੇ ਨਾਲ ਮੀਟਿੰਗ ਕੀਤੀ ਹੈ, ਸਾਨੂੰ ਸਲਾਹ ਮਿਲੀ ਹੈ ਉਸ ਦੇ ਆਧਾਰ ਤੇ ਹੀ ਮੈਂ ਟੀਕੇ ਬਾਰੇ ਪਹਿਲਾਂ ਦੇ ਨਾਲੋਂ ਵਧੇਰੇ ਆਸਵੰਦ ਹਾਂ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਟੀਕਾ ਬਣਾਉਣ ਵੱਲ ਵਦਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਟੀਕਾ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦ ਸ਼ਾਨਦਾਰ ਨਤੀਜਾ ਹੋਵੇਗਾ ਦੱਖਣੀ ਕੋਰੀਆ ਨੇ ਇੱਕ ਧਾਰਮਿਕ ਲੀਡਰ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਅਣਦੇਖੀ ਕਰਨ ਅਤੇ ਦੇਸ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਜਾਂਚ ਵਿੱਚ ਅੜਿੱਕਾ ਬਣਨ ਦਾ ਇਲਜ਼ਾਮ ਲਾਇਆ ਹੈ ਦਰਅਸਲ ਐਤਵਾਰ ਨੂੰ ਪਿਛਲੇ 24 ਘੰਟਿਆਂ ਦੀ ਰਿਪੋਰਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਜਿਸ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਦੱਖਣੀ ਕੋਰੀਆ ਦੇ ਵਿੱਚ 279 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ 103 ਮਾਮਲੇ ਇਸ ਤੋਂ ਪਹਿਲੇ ਵਾਲੇ ਦਿਨ ਸਾਹਮਣੇ ਆਏ ਸੀ ਤੇ ਸਭ ਤੋਂ ਵੱਧ ਮਾਮਲੇ ਨੇ ਜਿਹੜੇ ਉਸ ਸੋਲ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮਿਲੇ ਨੇ ਰਾਜਸਥਾਨੀ ਵਿੱਚ ਰਿਕਾਰਡ ਕੀਤੇ ਗਏ 146 ਮਾਮਲਿਆਂ ਵਿੱਚੋਂ 107 ਮਾਮਲੇ ਅਜਿਹੇ ਨੇ ਜਿਨ੍ਹਾਂ ਦਾ ਸੰਬੰਧ ਸਰਗ ਜੀਲ ਚਰਚ ਦੇ ਨਾਲ ਹੈ ਤੇ ਇਸ ਚਰਚ ਦੀ ਅਗਵਾਈ ਰੇਵ ਜੂਨ ਕਾਂਖ ਖੂਨ ਕਰਦੇ ਨੇ ਜੋ ਕਿ ਇੱਕ ਵਿਵਾਦਿਤ ਪਾਦਰੀ ਨੇ ਅਤੇ ਸਰਕਾਰ ਦੇ ਮੁੱਖ ਆਲੋਚਕ ਵੀ ਨੇ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਤੱਕ ਜੂਨ ਦੇ ਖਿਲਾਫ ਸ਼ਿਕਾਇਤ ਦਰਜ ਕਰਾਵਾਂਗੇ ਉਹਨਾਂ ਤੇ ਸ਼ਨੀਵਾਰ ਨੂੰ ਇੱਕ ਰੈਲੀ ਵਿੱਚ ਸ਼ਾਮਲ ਹੋ ਕੇ ਸੈਲਫ ਆਈਸੋਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਹੈ ਇਸ ਕਰਕੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਜਾਵੇਗੀ ਤੁਰਕੀ ਵਿੱਚ ਕਰੋਨਾ ਵਾਇਰਸ ਕਾਨਕਰੀਬ 6000 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਰੋਨਾ ਦੇ ਵਧ ਰਹੇ ਕਹਿਰ ਤੇ ਮੌਤਾਂ ਦੇ ਕਾਰਨ ਸਰਕਾਰ ਚਿੰਤਾ ਵਿੱਚ ਹੈ ਇਸ ਕਰਕੇ ਤੁਰਕੀ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਨੇ ਡਾਕਟਰਾਂ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਗਰਮੀ ਜ਼ਿਆਦਾ ਹੋਣ ਕਾਰਨ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਨੇ ਸਿਹਤ ਮੰਤਰੀ ਫਹੀਰੇਤਿਨ ਕੋਜ਼ਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1259 ਨਵੇਂ ਕੇਸ ਦਰਜ ਕੀਤੇ ਗਏ ਨੇ 1 ਕੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁੱਲ ਕੇਸਾਂ ਦੀ ਗਿਣਤੀ ਹੈ ਜਿਹੜੀ ਉਹ ਵਧ ਕੇ 3 ਲੱਖ ਦੇ ਕਰੀਬ ਪਹੁੰਚ ਗਈ ਹੈ ਸਿਹਤ ਮੰਤਰੀ ਨੇ ਦੇਸ਼ ਵਾਸੀਆਂ ਨੂੰ ਰਲ ਮਿਲ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤੇ ਜਿਹੜੀਆਂ ਮਹਾਮਾਰੀ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਨੇ ਉਹਨਾਂ ਨੂੰ ਤੁਰਕੀ ਸਰਕਾਰ ਨੇ 1 ਜੂਨ ਤੋਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਮੁੜ ਤੋਂ ਸਖਤੀ ਕਰ ਦਿੱਤੀ ਗਈ ਹੈ ਮਾਸਕ ਨਾ ਪਾਉਣ ਵਾਲਿਆਂ ਅਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਅਗਲੀ ਖਬਰ ਹੈ ਕਿ 2 ਦਿਨਾਂ ਦੀ ਦੇਰੀ ਤੋਂ ਬਾਅਦ ਹੁਣ ਅਮਰੀਕਾ ਤੇ ਦੱਖਣੀ ਕੋਰੀਆਈ ਫੌਜਾਂ ਦੇ ਵਿੱਚ ਸਾਂਝਾ ਯੁੱਧ ਅਭਿਆਸ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਹੈ ਦਰਅਸਲ ਦੱਖਣੀ ਕੋਰੀਆ ਸੈਨਾ ਦੇ ਕੁਝ ਅਧਿਕਾਰੀਆਂ ਦੇ ਕਰੋਨਾ ਵਾਇਰਸ ਪੀੜਤ ਪਾਏ ਜਾਣ ਤੋਂ ਬਾਅਦ ਸਲਾਨਾ ਹੋਣ ਵਾਲੇ ਇਸ ਯੁੱਧ ਅਭਿਆਸ ਸ ਨੂੰ 2 ਦਿਨਾਂ ਦੇ ਲਈ ਅੱਗੇ ਵਧਾ ਦਿੱਤਾ ਗਿਆ ਸੀ ਦੱਖਣੀ ਕੋਰੀਆ ਵਿੱਚ ਸੋਮਵਾਰ ਤੋਂ ਸ਼ਰਾਬ ਤੇ ਤੰਬਾਕੂ ਦੀ ਵਿਕਰੀ ਤੇ ਲੱਗੀ ਰੋਕ ਹਟਾ ਦਿੱਤੀ ਜਾਏਗੀ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਲੱਗੇ ਲਾਕਡਾਊਨ ਦੇ ਤਹਿਤ ਇਹ ਰੋਕਾਂ ਲਾਈਆਂ ਗਈਆਂ ਸੀ ਰਾਸ਼ਪਤੀ ਸਿਰਿਲ ਰਾਮਾ ਫੂਸਾ ਨੇ ਕਿਹਾ ਕਿ ਸੰਕੇਤ ਹੁਣ ਮਿਲ ਰਹੇ ਨੇ ਕਿ ਦੱਖਣੀ ਅਫਰੀਕਾ ਵਿੱਚ ਕਰੋਨਾ ਵਾਇਰਸ ਦਾ ਸਭ ਤੋਂ ਬੁਰਾ ਦੌਰ ਹੁਣ ਬੀਤ ਗਿਆ ਤੇ ਹਾਲਾਤ ਸੁਧਰਨ ਵੱਲ ਨੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਰੋਕਾਂ ਨੂੰ ਹੁਣ ਖਤਮ ਕਰ ਦਿੱਤਾ ਰੈਸਟੋਰਾਂ ਪਬ ਤੇ ਹੋਰ ਕਾਰੋਬਾਰੀ ਸੰਸਥਾਵਾਂ ਹੁਣ ਖੁੱਲਣ ਲੱਗ ਜਾਣਗੀਆਂ ਹਾਲਾਂਕਿ ਖਣੀ ਅਫਰੀਕਾ ਵਿੱਚ ਕੌਮਾਂਤਰੀ ਯਾਤਰਾ ਤੇ ਰੋਕ ਹਾਲੇ ਲੱਗੀ ਰਹੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਛੋਟੇ ਭਰਾ ਰੋਬਰਟ 트ੰਪ ਦੀ ਮੌਤ ਹੋ ਗਈ ਹੈ। ਰੋਬਰਟ 트ੰਪ 71 ਸਾਲ ਦੇ ਸਨ। ਜਿਸ ਤੋਂ ਬਾਅਦ ਉਹਨਾਂ ਦੇ ਵੱਡੇ ਭਰਾ ਤੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਮੈਂ ਬਹੁਤ ਹੀ ਭਾਰੀ ਮਨ ਨਾਲ ਦੱਸ ਰਿਹਾ ਕਿ ਮੇਰਾ ਭਰਾ ਨਹੀਂ ਰਿਹਾ। ਉਹ ਸਿਰਫ ਮੇਰਾ ਭਰਾ ਹੀ ਨਹੀਂ ਸਗੋਂ ਬਹੁਤ ਪੱਕਾ ਦੋਸਤ ਸੀ। ਉਸ ਨੂੰ ਮੈਂ ਬਹੁਤ ਯਾਦ ਕਰਾਂਗਾ ਤੇ ਅਸੀਂ ਦੁਬਾਰਾ ਜ਼ਰੂਰ ਮਿਲਾਂਗੇ। ਉਹਨਾਂ ਦੀਆਂ ਯਾਦਾਂ ਮੇਰੇ ਦਿਲ ਦੇ ਵਿੱਚ ਰਹਿਣਗੀਆਂ। 트ੰਪ 14 ਅਗਸਤ ਨੂੰ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਗਏ ਸੀ। ਰੋਬਰਟ 트 ਅਖਲ ਸਿਗੇ ਤੇ ਜਾਣਕਾਰੀ ਮੁਤਾਬਿਕ ਰਾਸ਼ਪਤੀ 트੍ਰੰਪ ਆਪਣੇ ਭਰਾ ਦੇ ਅੰਤਿਮ ਸੰਸਕਾਰ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਕੈਨੇਡਾ ਤੋਂ ਖਬਰ ਹੈ ਜਿੱਥੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਪੰਜਾਬ ਦੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਨੌਜਵਾਨ ਸੁਰਜਦੀਪ ਸਿੰਘ ਬਟਾਲਾ ਦਾ ਰਹਿਣ ਵਾਲਾ ਸੀ ਸੁਰਜਦੀਪ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ ਉਸ ਦਾ ਪਰਸ ਅਤੇ ਘੜੀ ਵੀ ਖੋ ਕੇ ਲੈ ਗਏ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਸੁਰਜਦੀਪ ਆਪਣੇ ਭਰਾਵਾਂ ਨਾਲ ਪਿਛਲੇ 3 ਸਾਲ ਤੋਂ ਪੜ੍ਹਾਈ ਲਈ ਬ੍ਰੈਂਪਟਨ ਵਿੱਚ ਰਹਿ ਰਿਹਾ ਸੀ ਰੋਜ਼ਾਨਾ ਵਾਂਗ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਦੋਂ ਘਰ ਵਾਪਸ ਪਰਤ ਰਿਹਾ ਸੀ ਤੇ ਰਾਹ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੌਜਵਾਨ ਸੂਰਜਦੀਪ ਸਿੰਘ ਦੀ ਲਾਸ਼ ਭਾਰਤ ਲਿਆਂਦੀ ਜਾਵੇ ਪੰਜਾਬ ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਆਪਣੇ ਕੰਮ ਕਰਦੇ ਲਾ ਕੇ ਕਰਦੇ ਰਹੋ ਸਰਕਾਰਾਂ ਬਿਆਨ ਬਹੁਤ ਵੱਡੇ ਵੱਡੇ ਦਿੰਦੀਆਂ ਨੇ ਆਜ਼ਾਦੀ ਦਿਹਾੜੇ ਮੌ ਤ੍ਰਿ ਸਮੀਤ ਸਾਰੇ ਮੁੱਖ ਮੰਤਰੀਆਂ ਨੇ ਵੱਡੇ ਵੱਡੇ ਬਿਆਨ ਦਿੱਤੇ ਪੰਜਾਬੀਆਂ ਨੂੰ ਵੀ ਉਹਨਾਂ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਬੜੇ ਹੀ ਵੱਡੇ ਵੱਡੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਦੇ ਨਾਲ ਪਰ ਉਹ ਵਾਅਦੇ ਵਫਾ ਹੋਣਗੇ ਜਾਂ ਨਹੀਂ ਇਹਨਾਂ ਦੀ ਉਡੀਕ ਕਰਨ ਤੋਂ ਬਿਨਾ ਤੁਸੀਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਦੀ ਤੁਕ ਦੇ ਮੁਤਾਬਿਕ ਆਪਣਾ ਕੰਮ ਹੈ ਜਿਹੜਾ ਉਹ ਆਪ ਜ਼ਰੂਰ ਕਰਦੇ ਰਹੋ ਕਿਸੇ ਦੇ ਹੱਥਾਂ ਵੱਲ ਨਾ ਦੇਖਿਏ ਜਿੰਨਾ ਕੁ ਕਰ ਸਕਦੇ ਆ ਆਪਣੇ ਆਪ ਕਰੀਏ ਖਾਸ ਕਰਕੇ ਸਰਕਾਰ ਤੋਂ ਕੋਈ ਆਸ ਨਾ ਰੱਖੀਏ ਤਾਂ ਹੀ ਇਸ ਆਰਥਿਕ ਮੰਦੀ ਦੇ ਦੌਰ ਦੇ ਵਿੱਚ ਸ਼ਾਇਦ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਪਾਲ ਸਕਦੇ ਆ ਬਹੁਤ ਬਹੁਤ ਧੰਨਵਾਦ